ਮੈਂ ਤੁਹਾਡਾ ਆਪਣਾ ਗੁਰਪ੍ਰੀਤ ਜੀ ਬੜੇ ਸਾਲਾਂ ਤੋਂ ਤੁਸੀਂ ਮੈਨੂੰ ਟੈਲੀਵਿਜ਼ਨ ਤੇ ਔਰ ਸਿਨੇਮੇ ਦੇ ਵਿੱਚ ਦੇਖਦੇ ਆ ਰਹੇ ਇੰਜੋਏ ਕਰਦੇ ਆ ਰਹੇ ਹੋ ਸਟੇਜ ਦੇ ਉੱਤੇ ਤੁਸੀਂ ਮੈਨੂੰ ਸੁਣਿਆ ਦੇਖਿਆ ਔਰ ਇੱਕ ਚੀਜ਼ ਤੁਸੀਂ ਜ਼ਿੰਦਗੀ ਜ਼ਰੂਰ ਨੋਟ ਕੀਤੀ ਹੋਵੇਗੀ ਤੁਸੀਂ ਕਿ ਹਮੇਸ਼ਾ ਪੰਜਾਬ ਦੇ ਹੱਕ ਦੇ ਵਿੱਚ ਪੰਜਾਬ ਦੇ ਹਿੱਤ ਦੇ ਵਿੱਚ ਪੰਜਾਬੀਆਂ ਦੇ ਹਿੱਤ ਦੇ ਵਿੱਚ ਔਰ ਪੰਜਾਬੀ ਜ਼ਬਾਨ ਦੇ ਲਈ ਜਦੋਂ ਵੀ ਜਿੱਥੇ ਕਿਤੇ ਮੈਨੂੰ ਮੌਕਾ ਮਿਲਿਆ ਮੈਂ ਜ਼ਰੂਰ ਆਵਾਜ਼ ਉਠਾਉਂਦਾ ਰਿਹਾ ਮੇਰੇ ਰੋਮ ਰੋਮ ਦੇ ਵਿੱਚ ਮੇਰੇ ਲਹੂ ਦੇ ਵਿੱਚ ਮੇਰੇ ਖੂਨ ਦੇ ਵਿੱਚ ਮੇਰੇ ਹੋਮੋਗਲੋਬਿਨ ਦੇ ਵਿੱਚ ਮੈਂ ਕਹਾਂਗਾ ਕਿ ਪੰਜਾਬੀ ਜਿਹੜੀ ਹੈ ਉਹ ਇਸ ਤਰ੍ਹਾਂ ਰਚੀ ਮਿਚੀ ਹੋਈ ਹੈ ਜਿਵੇਂ ਤੁਸੀਂ ਗੁੱਝੇ ਹੋਏ ਆਟੇ ਵਿੱਚੋਂ ਪਾਣੀ ਨੂੰ ਤਿਆਰ ਆਟੇ ਨੂੰ ਅਲੱਗ ਕਰ ਸਕਦੇ ਪੋਲੀਟਿਕਸ ਕਦੀ ਵੀ ਮੇਰਾ ਪਹਿਲਾ ਸ਼ੌਕ ਨਹੀਂ ਰਿਹਾ ਪੜ੍ਹਿਆ ਜ਼ਰੂਰ ਹਾਂ ਮੈਂ ਗ੍ਰੈਜੂਏਸ਼ਨ ਜਲੰਧਰ ਤੋਂ ਕੀਤੀ ਜਦੋਂ ਅਤੇ ਰਾਜਨੀਤੀ ਸ਼ਾਸਤਰ ਮੇਰਾ ਸਬਜੈਕਟ ਰਿਹਾ ਇੰਟਰਸਟ ਰਿਹਾ ਮੇਰਾ ਪੋਲੀਟਿਕਸ ਦੇ ਵਿੱਚ ਪਰ ਕਦੇ ਆਉਣਾ ਨਹੀਂ ਸੀ ਚਾਹਿਆ ਪਰ ਅੱਜ ਪੰਜਾਬ ਜਿਸ ਦੌਰ 'ਚੋਂ ਗੁਜ਼ਰ ਰਿਹਾ ਪੰਜਾਬ ਦੀ ਜੋ ਹਾਲਤ ਹੈ ਮੈਨੂੰ ਪਾਤਰ ਸਾਹਿਬ ਦਾ ਇੱਕ ਸ਼ੇਰ ਬਹੁਤ ਮੇਰੇ ਅੰਦਰ ਵੱਜਦਾ ਹੁੰਦਾ ਸੀ ਜਾ ਕੇ ਕਿ ਵੱਜੀ ਤੇਰੇ ਕਾਲਜੇ ਜੇ ਹਾਲੇ ਛੁਰੀ ਨਹੀਂ ਵੱਜੀ ਤੇਰੇ ਕਾਲਜੇ ਜੇ ਹਾਲੇ ਛੁਰੀ ਨਹੀਂ ਤਾਂ ਇਹ ਨਾ ਸਮਝ ਕਿ ਸ਼ਹਿਰ ਦੀ ਹਾਲਤ ਬੁਰੀ ਨਹੀਂ ਸ਼ਹਿਰ ਦੀ ਹਾਲਤ ਖਰਾਬ ਹੈ ਸ਼ਹਿਰ ਨੂੰ ਅੱਗ ਲੱਗੀ ਹੈ ਅਤੇ ਉਹ ਅੱਗ ਕਦੇ ਵੀ ਭੜਕ ਕੇ ਅੱਗੇ ਤੱਕ ਆਉਂਦੀ ਆਉਂਦੀ ਮੇਰੇ ਘਰ ਤੱਕ ਵੀ ਆ ਸਕਦੀ ਹੈ ਤੁਹਾਡੇ ਘਰ ਤੱਕ ਵੀ ਆ ਸਕਦੀ ਹੈ ਕਿਸੇ ਹੋਰ ਦੇ ਘਰ ਤੱਕ ਵੀ ਜਾ ਸਕਦੀ ਹੈ ਸੋ ਉਸ ਅੱਗ ਦਾ ਸੇਕ ਤੁਹਾਡੇ ਜਿਸਮ ਨੂੰ ਪਹੁੰਚੇ ਪਿੰਡੇ ਨੂੰ ਪਹੁੰਚੇ ਉਸ ਤੋਂ ਪਹਿਲਾਂ ਉਸ ਸੇਕ ਨੂੰ ਮਹਿਸੂਸ ਕਰ ਲੈਣਾ ਅਕਲਮੰਦੀ ਦਾ ਕੰਮ ਹੁੰਦਾ ਸੋ ਮੇਰਾ ਪੰਜਾਬ ਮੇਰੀ ਮਿੱਟੀ ਮੇਰੀ ਜ਼ਬਾਨ ਮੈਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰਾਂ ਕਿ ਮੈਂ 1996 'ਚ ਪਹਿਲੀ ਵਾਰੀ US ਗਿਆ ਸੀ ਸ਼ੋਜ਼ ਕਰਨ ਵਾਸਤੇ ਅਨਮੈਰਿਡ ਸੀ ਜਦੋਂ ਲੋਕ ਤਰਸਦੇ ਹੁੰਦੇ ਸੀ ਕਿ ਕਦੇ ਬਾਹਰ ਦਾ ਮੂੰਹ ਦੇਖਣ ਨੂੰ ਮਿਲ ਜਾਏ ਅਮੈਰੀਕਾ ਦੇ ਵੀਜ਼ੇ ਲਈ ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਸੀ ਹੁਣ ਵੀ ਲੋਕ ਬੜੇ ਡੈਸਪਰੇਟ ਨੇ ਉਦੋਂ ਮੈਨੂੰ ਲੱਖ ਲੋਕਾਂ ਨੇ ਕਿਹਾ ਸੀ ਕਾਕਾ ਤੂੰ ਪਹਿਲੀ ਵਾਰੀ USA ਆਇਆ ਯੰਗ ਮੁੰਡਾ ਤੇਰਾ ਇੱਥੇ ਵਿਆਹ ਕਰਾ ਦੇਣੇ ਪੱਕਾ ਹੋ ਜਾਏਗਾ ਪਰ ਉਦੋਂ ਗਰੀਬੀ ਨਾਲ ਵੀ ਬੜੀ ਕਸ਼ਮਕਸ਼ ਚੱਲ ਰਹੀ ਸੀ ਕੁਸ਼ਤੀ ਚੱਲ ਰਹੀ ਸੀ ਪੂਰਾ ਘੋਲ ਚੱਲ ਰਿਹਾ ਸੀ ਗਰੀਬੀ ਦੇ ਨਾਲ ਪਰ ਮਿੱਟੀ ਦੀ ਖੁਸ਼ਬੋ ਜਿਹੜੀ ਹੈ ਜਦ ਤੱਕ ਉਹ ਮੈਨੂੰ ਮੇਰੇ ਸਵਾਸਾਂ 'ਚ ਨਾ ਆਵੇ ਤਾਂ ਮੈਨੂੰ ਚੈਨ ਨਹੀਂ ਸੀ ਆਉਂਦਾ ਮੈਨੂੰ ਪਤਾ ਜ਼ਿੰਦਗੀ 'ਚ ਪਹਿਲੀ ਵਾਰੀ USA ਗਿਆ ਫੋਰਨ ਵੀ ਪਹਿਲੀ ਵਾਰੀ ਗਿਆ ਸੀ ਉਹ ਵੀ ਅਮੈਰੀਕਾ ਗਿਆ ਸੀ ਪਰ ਮੈਂ ਤਰਸ ਰਿਹਾ ਸੀ ਕਿ ਕਦੋਂ ਕੰਮ ਮੁੱਕੇ ਤਾਂ ਮੈਂ ਵਾਪਸ ਆਪਣੇ ਘਰ ਜਾਵਾਂ ਆਪਣੇ ਇੱਕ ਕਮਰੇ ਵਾਲੇ ਡੇਢ ਕਮਰਾ ਕਹਿ ਸਕਦੇ ਹਾਂ ਸਾਡੇ ਡੇਢ ਕੁ ਕਮਰੇ ਦਾ ਘਰ ਸੀ ਜਲੰਧਰ ਕਿ ਉਹਦੇ 'ਚ ਜਾ ਕੇ ਮੈਂ ਆਪਣੇ ਮਾਂ ਪਿਓ ਕੋਲ ਆਪਣੇ ਭਰਾਵਾਂ ਕੋਲ ਬੈਠਾ ਜਾ ਕੇ ਸੋ ਇੱਕ ਨਿੱਘ ਹਮੇਸ਼ਾ ਆਪਣੀ ਜ਼ਬਾਨ ਦਾ ਆਪਣੀ ਜ਼ਮੀਨ ਦਾ ਮੇਰੇ ਨਾਲ ਰਿਹਾ ਅੱਜ ਪੰਜਾਬ ਜਿਸ ਦੌਰ 'ਚੋਂ ਗੁਜ਼ਰ ਰਿਹਾ ਪੰਜਾਬ ਦੇ ਹਰ ਘਰ ਨੂੰ ਨਸ਼ਿਆਂ ਦਾ ਸੇਕ ਲੱਗ ਚੁੱਕਾ ਹੈ ਪੰਜਾਬ ਦਾ ਜੇ ਘਰ ਸਿੱਧਾ ਸਿੱਧਾ ਇਫੈਕਟਡ ਨਹੀਂ ਹੈ ਕੋਈ ਨਸ਼ੇ ਦੇ ਨਾਲ ਕਿਸੇ ਘਰ ਦਾ ਇੱਕ ਪੁੱਤ ਜੇ ਨਹੀਂ ਵੀ ਗਿਆ ਨਸ਼ੇ 'ਚ ਮੈਂ ਨਹੀਂ ਕਹਿੰਦਾ ਕਿ ਹਰ ਘਰ 'ਚੋਂ ਇੱਕ ਬੱਚਾ ਚਲਾ ਗਿਆ ਪਰ ਉਹਨਾਂ ਨੂੰ ਪੁੱਛ ਕੇ ਦੇਖੋ ਕਿਸੇ ਦਾ ਮਾਮੇ ਦਾ ਪੁੱਤ ਕਿਸੇ ਦਾ ਭੂਆ ਦਾ ਪੁੱਤ ਕਿਸੇ ਦੀ ਮਾਸੀ ਦੀ ਕੁੜੀ ਕਿਸੇ ਦੀ ਚਾਚੇ ਦੀ ਕੁੜੀ ਕਿਸੇ ਦੇ ਕਿਸੇ ਹੋਰ ਰਿਸ਼ਤੇਦਾਰ ਦਾ ਬੱਚਾ ਕਿਸੇ ਦੇ ਆਪਣੇ ਕਰੀਬੀ ਪਰਿਵਾਰ ਦਾ ਬੱਚਾ ਨਸ਼ੇ 'ਚ ਜ਼ਰੂਰ ਗਲਤਾਨ ਡਾਟਾਸ ਦੱਸਦੇ ਨੇ ਕਿ 75% ਯੂਥ ਨਸ਼ੇ ਦੇ ਨਾਲ ਜੁੜ ਗਿਆ ਔਰ ਜੋ ਅੱਜ ਬਰਬਾਦੀ ਪੰਜਾਬ ਦੀ ਹੋਈ ਹੈ ਕਿਸਾਨ ਜੈ ਜਵਾਨ ਜੈ ਕਿਸਾਨ ਕਹਿੰਦੇ ਹੁੰਦੇ ਸੀ ਅੱਜ ਨਾ ਤਾਂ ਜਵਾਨ ਹੀ ਸਾਡਾ ਜੈ ਰਹਿ ਗਿਆ ਅਤੇ ਨਾ ਹੀ ਕਿਸਾਨ ਦੀ ਜੈ ਜੈਕਾਰ ਰਹਿ ਗਈ ਅੱਜ ਕਿਸਾਨ ਬੜੀ ਸ਼ਰਮਿੰਦਗੀ ਨਾਲ ਇਹ ਗੱਲ ਨੂੰ ਦੱਸਦਾ ਕਿ ਮੈਂ ਕਿਸਾਨ ਹਾਂ ਉਹਨੂੰ ਸ਼ਰਮ ਆਉਂਦੀ ਹੈ ਕਿ ਕੀ ਦੱਸਾਂ ਮੇਰੀ ਕੀ ਹਸਤੀ ਕੀ ਅੱਜ ਜਦਕਿ ਕਦੇ ਕਿਸਾਨ ਨੂੰ ਆਪਣੇ ਕਿਸਾਨ ਹੋਣ 'ਤੇ ਮਾਣ ਹੁੰਦਾ ਸੀ ਅੱਜ ਕਿਸਾਨ ਅਤੇ ਖੇਤ ਮਜ਼ਦੂਰ ਜਿਸ ਗੁਰਬਤ ਦੀ ਦਲਦਲ ਦੇ ਵਿੱਚ ਧਸਿਆ ਹੋਇਆ ਅੱਖਾਂ 'ਚੋਂ ਅੱਥਰੂ ਆਪਣੇ ਆਪ ਆਉਂਦੇ ਆ ਉਹਨਾਂ ਦੀ ਹਾਲਤ ਵੇਖ ਕੇ ਮੈਂ ਦੱਸਦਾ ਹੁੰਦਾ ਕਿ ਜਿਹੜੇ ਕਿਸਾਨ ਦੀ ਉਗਾਈ ਹੋਈ ਕਣਕ ਨਾਲ ਮੈਂ ਜਦੋਂ ਰੋਟੀ ਖਾ ਰਿਹਾ ਹੁੰਦਾ ਜਦੋਂ ਕਿਸਾਨ ਦੇ ਪੈਦਾ ਕੀਤੇ ਗੰਨੇ ਦਾ ਗੁੜ ਬਣਾ ਕੇ ਜਦੋਂ ਸਾਡੇ ਘਰਾਂ ਦੇ ਵਿੱਚ ਰੋਟੀ ਤੋਂ ਬਾਅਦ ਸਵੀਟ ਡਿਸ਼ ਦੀ ਤਰ੍ਹਾਂ ਲਿਆ ਜਾ ਰਿਹਾ ਹੁੰਦਾ ਉਦੋਂ ਉਹ ਕਿਸਾਨ ਆਪਣੇ ਖੇਤਾਂ ਦੇ ਵਿੱਚ ਸਲਫਾਸ ਖਾ ਰਿਹਾ ਹੁੰਦਾ ਕਿਸਾਨੀ ਪਰਿਵਾਰ ਤੋਂ ਆਉਣਾ ਮੇਰੇ ਫਾਦਰ ਸਾਹਿਬ ਆਰਮੀ 'ਚੋਂ ਰਹੇ ਨੇ ਮੇਰੇ ਗ੍ਰੈਂਡਫਾਦਰ ਨੇ ਆਰਮੀ ਸਰਵਿਸ ਕੀਤੀ ਹੈ ਸੋ ਜੈ ਜਵਾਨ ਅਤੇ ਜੈ ਕਿਸਾਨ ਇਹ ਮੇਰੇ ਘਰ 'ਤੇ ਲਾਗੂ ਹੁੰਦਾ ਹੈ ਪਰ ਅੱਜ ਜੋ ਹਾਲਾਤ ਮੈਂ ਦੇਖ ਰਿਹਾ ਉਹਦੇ ਵਿੱਚ ਆਤਮਾ ਬਹੁਤ ਦੁਖੀ ਸੀ ਕਲਚਰ ਦਾ ਵੀ ਬੇੜਾ ਗਰਕ ਹੋ ਗਿਆ ਕਿੱਦਾਂ ਕਿੱਦਾਂ ਦੇ ਗਾਣੇ ਟੈਲੀਵਿਜ਼ਨ 'ਤੇ ਪ੍ਰਮੋਟ ਹੋਣ ਲੱਗ ਪਏ ਅਸਲੀ ਸਾਡਾ ਵਿਰਸਾ ਅਤੇ ਵਿਰਾਸਤ ਬੱਚਿਆਂ ਤੋਂ ਦੂਰ ਕਰ ਦਿੱਤਾ ਗਿਆ ਕਿਸੇ ਚੈਨਲ ਕੋਲ ਇੰਨੀ ਤੌਫੀਕ ਨਹੀਂ ਕਿ ਉਹ ਚੈਨਲ ਤੁਹਾਨੂੰ ਫਿਕਸ਼ਨ ਦਿਖਾ ਸਕੇ ਸਾਡੇ ਸਾਹਿਤ ਦੇ ਵਿੱਚੋਂ ਕੱਢ ਕੇ ਅੱਛੇ ਅੱਛੇ ਡਰਾਮੇ ਬਣਾ ਕੇ ਦਿਖਾ ਸਕੇ ਨੋਵਲਾਂ ਨੂੰ ਤੁਹਾਡੇ ਤੱਕ ਲੈ ਕੇ ਜਾ ਸਕੇ ਪੰਜਾਬ ਦੀ ਜ਼ਬਾਨ ਦਾ ਵੀ ਬੇੜਾ ਗਰਕ ਹੋ ਗਿਆ ਸਰਕਾਰੀ ਦਫ਼ਤਰਾਂ ਦੇ ਉੱਤੇ ਜਿਹੜੇ ਸਾਈਨ ਬੋਰਡ ਲੱਗੇ ਨੇ ਉਹਨਾਂ ਦੇ ਉੱਤੇ ਵੀ ਜ਼ਬਾਨ ਗਲਤ ਲਿਖੀ ਹੈ ਕਿਸੇ ਨੂੰ ਫਿਕਰ ਨਹੀਂ ਹੈ ਅੱਜ ਲਿਟਰੇਚਰ ਨਾਲੋਂ ਬੱਚੇ ਟੁੱਟ ਗਏ ਨੇ
ਕਿਸੇ ਨੂੰ ਫਿਕਰ ਨਹੀਂ ਕਿ ਬੱਚੇ ਨੂੰ ਨਜਾਬਤ ਸ਼ੇਖ ਫਰੀਦ ਵਜੀਦ ਸਾਹਿਬ ਪੀਲੂ ਦਮੋਦਰ ਇਹਨਾਂ ਬਾਰੇ ਦੱਸਿਆ ਜਾਵੇ ਸ਼ੇਖ ਫਰੀਦ ਸਾਹਿਬ ਦੀਆਂ ਕੋਟੇਸ਼ਨਸ ਸਕੂਲਾਂ ਦੇ ਵਿੱਚ ਕਿਉਂ ਨਾ ਲਿਖੀਆਂ ਜਾਣ ਕਿਉਂ ਵਿਲੀਅਮ ਵਰਡਸਵਰਥ ਅਤੇ ਮਾਰਟਿਨ ਲੂਥਰ ਕਿੰਗ ਦਾ ਸਿਰਫ ਲਿਖ ਸਕਦੇ ਹਾਂ ਆਪਾਂ ਉਹ ਵੀ ਬੜੇ ਰਿਸਪੈਕਟੇਬਲ ਨੇ ਮੈਂ ਬਹੁਤ ਰਿਗਾਰਡ ਕਰਦਾ ਉਹਨਾਂ ਦੇ ਬਟ ਤੁਸੀਂ ਜਦੋਂ ਲਿਖਣ 'ਤੇ ਆਏ ਹੋ ਤਾਂ ਬਾਬਾ ਨਾਨਕ ਦਾ ਵੀ ਲਿਖੋ ਕਿ ਉਹਨਾਂ ਨੇ ਕੀ ਕਿਹਾ ਸ਼ੇਖ ਫਰੀਦ ਸਾਹਿਬ ਦਾ ਵੀ ਲਿਖੋ ਨਜਾਬਤ ਦਾ ਵੀ ਲਿਖੋ ਵਜੀਦ ਸਾਹਿਬ ਦਾ ਵੀ ਲਿਖੋ ਸਾਡੇ ਨੰਦ ਲਾਲ ਨੂਰਪੁਰੀ ਸਾਹਿਬ ਨੇ ਕਿੰਨਾ ਅੱਛਾ ਲਿਆ ਧਰਨਾ ਚਾਲਕ ਨੇ ਕਿੰਨਾ ਅੱਛਾ ਲਿਖਿਆ ਸਾਰਿਆਂ ਦਾ ਲਿਖੋ ਸ਼ਹੀਦਾਂ ਨੇ ਆਪਣਾ ਖੂਨ ਪਾ ਕੇ ਇਸ ਧਰਤੀ ਨੂੰ ਪਾਲਿਆ ਪਰ ਦੋ ਤਿੰਨ ਸ਼ਹੀਦਾਂ ਤੋਂ ਇਲਾਵਾ ਸਾਨੂੰ ਕਿਸੇ ਦਾ ਨਾਮ ਹੀ ਨਹੀਂ ਯਾਦ ਹੋਣ ਦਿੱਤਾ ਗਿਆ ਸਾਡੀਆਂ ਨਸਲਾਂ ਨੂੰ ਸਾਡੇ ਤੱਕ ਦੇ ਉਮਰ ਦੇ ਬੱਚਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਹੁਣ ਸਿਆਣੀ ਉਮਰ ਵੱਲ ਜਾਣ ਲੱਗ ਪਏ ਨੇ ਸ਼ਹੀਦ ਭਗਤ ਸਿੰਘ ਸ਼ਹੀਦ ਊਧਮ ਸਿੰਘ ਕਰਤਾਰ ਸਿੰਘ ਸਰਾਭਾ ਤਿੰਨ ਨਾਮ ਬੜੀ ਮੁਸ਼ਕਿਲ ਯਾਦ ਹੋਣਗੇ ਚੌਥਾ ਨਾਮ ਨਹੀਂ ਯਾਦ ਆਉਣਾ ਕਿੰਨੇ ਸਾਡੇ ਐਸੇ ਸੂਰਬੀਰ ਯੋਧੇ ਅਜਾਈ ਚਲੇ ਗਏ ਜਿਨ੍ਹਾਂ ਨੂੰ ਸਾਨੂੰ ਇਤਿਹਾਸ 'ਚ ਪੜ੍ਹਾਉਣਾ ਹੀ ਬੰਦ ਕਰ ਦਿੱਤਾ ਗਿਆ ਕਿ ਲੋਕਾਂ ਨੂੰ ਪਤਾ ਨਾ ਲੱਗੇ ਕੋਈ ਕੌਮ ਕੋਈ ਧਰਤੀ ਕਿਸ ਤਰ੍ਹਾਂ ਸਰਵਾਈਵ ਕਰ ਸਕਦੀ ਹੈ ਜਿੱਥੇ ਉਹਦੇ ਕਿਸਾਨ ਦੀ ਇੱਜ਼ਤ ਨਾ ਹੋਵੇ ਜਿੱਥੇ ਉਹਨਾਂ ਦੇ ਸ਼ਹੀਦ ਦੀ ਉਹਨਾਂ ਦੇ ਫੌਜੀ ਦੀ ਇੱਜ਼ਤ ਨਾ ਹੋਵੇ ਜਿੱਥੇ ਦੇਸ਼ ਭਗਤਾਂ ਦਾ ਕੋਈ ਨਾਮ ਨਾ ਹੋਵੇ ਜਿੱਥੇ ਸਮਾਜ ਸੇਵਕ ਭਗਤ ਪੂਰਨ ਸਿੰਘ ਵਰਗਿਆਂ ਦਾ ਕੋਈ ਨਾਮੋ ਨਿਸ਼ਾਨ ਨਾ ਵਾਪਸ ਛੱਡਿਆ ਜਾਵੇ ਕਿਤੇ ਬੁੱਤ ਲੱਗ ਜਾਂਦੇ ਨੇ ਵੱਡੇ ਵੱਡੇ ਪੋਲੀਟੀਸ਼ੀਅਨਸ ਦੇ ਇੰਨੀ ਤੌਫੀਕ ਨਹੀਂ ਹੈ ਕਿ ਬਾਬਾ ਸੋਹਣ ਸਿੰਘ ਭਕਣਾ ਦਾ ਕਿਤੇ ਬੁੱਤ ਲੱਗ ਸਕਦਾ ਕਿਤੇ ਭਗਤ ਪੂਰਨ ਸਿੰਘ ਹੁਣਾਂ ਦਾ ਬੁੱਤ ਲੱਗ ਸਕਦਾ ਇਸ ਸਮਾਜ ਵਿੱਚ ਰਹਿੰਦੇ ਹੋਏ ਮੈਨੂੰ ਸਫੋਕੇਸ਼ਨ ਹੋ ਰਹੀ ਸੀ ਕਿ ਮਿਹਨਤ ਕਰਦਿਆਂ ਹੋਏ ਮੈਨੂੰ ਮਾਲਕ ਨੇ ਰੋਜ਼ੀ ਰੋਟੀ ਦਿੱਤੀ ਮੇਰੇ ਪਰਿਵਾਰ ਨੂੰ ਰੋਜ਼ੀ ਰੋਟੀ ਦਿੱਤੀ ਆਦਰ ਮਾਨ ਦਿੱਤਾ ਸਤਿਕਾਰ ਦਿੱਤਾ ਇੰਨਾ ਪਿਆਰ ਤੁਸੀਂ ਦਿੱਤਾ ਜਿੰਨਾ ਮੈਂ ਕਦੇ ਸੋਚ ਵੀ ਨਹੀਂ ਸੀ ਸਕਦਾ ਜਿੰਨਾ ਮੈਂ ਕੰਮ ਕੀਤਾ ਉਸ ਤੋਂ ਵੱਧ ਕੇ ਤੁਸੀਂ ਪਿਆਰ ਦਿੱਤਾ ਉਸ ਤੋਂ ਵੱਧ ਕੇ ਤੁਸੀਂ ਰਿਵਾਰਡ ਦਿੱਤਾ ਮੈਨੂੰ ਪਰ ਮੈਂ ਹੁਣ ਜਦੋਂ ਆਪਣੀ ਗੱਡੀ 'ਚ ਕਿਤੇ ਜਾ ਰਿਹਾ ਹੁੰਦਾ ਮੇਰੇ ਕੋਲੋਂ ਗੁਰਬਤ ਸਾਈਕਲ 'ਤੇ ਲੰਘਦੀ ਹੈ ਮੇਰੇ ਕੋਲੋਂ ਗੁਰਬਤ ਪੈਦਲ ਲੰਘਦੀ ਹੈ ਮੈਂ ਗੁਰਬਤ ਨੂੰ ਸੜਕ ਦੇ ਉੱਤੇ ਬੈਠੇ ਦੇਖਦਾ ਮੈਂ ਨੌਜਵਾਨਾਂ ਨੂੰ ਨਸ਼ੇ 'ਚ ਗਲਤਾਨ ਸੜਕ 'ਤੇ ਲੁੱਟਣੀਆਂ ਖਾਂਦੇ ਦੇਖਦਾ ਮੈਂ ਬਿਗ ਹੈਡਡ ਹੋ ਚੁੱਕੇ ਨੌਜਵਾਨਾਂ ਨੂੰ ਮੌਤ ਦੇ ਨਾਲ ਰੇਸਾਂ ਲਾਉਂਦਿਆਂ ਸੜਕ ਦੇ ਉੱਤੇ ਦੇਖਦਾ ਉਦੋਂ ਮੇਰੇ ਲਹੂ 'ਚ ਸੁੰਨ ਵਰਤ ਜਾਂਦੀ ਹੈ ਕਿ ਕੀ ਹੋ ਰਿਹਾ ਮੇਰੇ ਪੰਜਾਬ ਦੇ ਵਿੱਚ ਉਹ ਚੀਜ਼ ਮੈਨੂੰ ਪ੍ਰੇਰਿਤ ਕਰਕੇ ਆਮ ਆਦਮੀ ਪਾਰਟੀ ਦੇ ਵੱਲ ਲੈ ਕੇ ਆਈ ਕਿ ਆਮ ਆਦਮੀ ਪਾਰਟੀ ਜਿਹਨੇ ਇੱਕ ਐਸਾ ਇਨਕਲਾਬ ਲਿਆਂਦਾ ਰਵਾਇਤੀ ਪਾਰਟੀਆਂ ਤੋਂ ਸਾਨੂੰ ਨਿਜਾਤ ਦਵਾਈ ਹੈ ਜਦੋਂ ਹਿੰਦੁਸਤਾਨ ਦੇ ਵਿੱਚ ਕਾਂਗਰਸ ਅਕਾਲੀ ਬੀਜੇਪੀ ਦੀ ਸਾਂਝੀ ਸਰਕਾਰ ਬਣਦੀ ਹੈ ਹਮੇਸ਼ਾ ਇਹ ਦੋ ਪਾਰਟੀਆਂ ਕਾਂਗਰਸ ਅਕਾਲੀ ਇੱਕ ਥਾਂ 'ਤੇ ਕਵਾਂਗਾ ਔਰ ਕਾਂਗਰਸ ਸੋਰੀ ਬੀਜੇਪੀ ਅਕਾਲੀ ਇੱਕ ਅਤੇ ਕਾਂਗਰਸ ਇੱਕ ਇਹ ਧੜੇ ਨੇ ਬਾਰ ਬਾਰ ਆ ਕੇ ਸੈਂਟਰ ਦੇ ਵਿੱਚ ਔਰ ਸੇਮ ਚੀਜ਼ ਸਾਡੇ ਇੱਥੇ ਵਾਪਰਦੀ ਹੈ ਪੰਜਾਬ ਦੇ ਵਿੱਚ ਇਹ ਵੀ ਵਾਰੀ ਵਾਰੀ ਆ ਕੇ ਆਪਣੀ ਕੁਰਸੀ ਬਦਲਦੇ ਨੇ ਔਰ ਇੱਕ ਵਾਰੀ ਉਹ ਆਪਣੀ ਲੈ ਕੇ ਜਾਂਦੇ ਨੇ ਇੱਕ ਵਾਰੀ ਇਹ ਰਵਾਇਤੀ ਪਾਰਟੀਆਂ ਨੂੰ ਠੱਲ ਪਾਉਣ ਲਈ ਹਿੰਦੁਸਤਾਨ ਨੂੰ ਇਸ ਕਸ਼ਮਕਸ਼ ਦੇ ਵਿੱਚੋਂ ਕੱਢਣ ਲਈ ਇੱਕ ਸੂਰਬੀਰ ਉੱਠਿਆ IRS UPSC ਦੇ ਥਰੂ ਕਲਾਸ 1 ਜੋਬ ਕਰਨ ਵਾਲਾ ਬੰਦਾ ਲੱਖਾਂ ਰੁਪਏ ਤਨਖਾਹ ਲੈਣ ਵਾਲਾ ਬੰਦਾ ਆਪਣੀ ਨੌਕਰੀ ਨੂੰ ਠੋਕਰ ਮਾਰ ਕੇ ਪੈਰ ਮਾਰ ਕੇ ਹਿੰਦੁਸਤਾਨ ਦੇ ਲਈ ਨਿਤਰਿਆ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚ ਉਹਦੇ ਪਰਿਵਾਰ ਨੇ ਲੱਕ ਬੰਨ੍ਹ ਕੇ ਕੰਮ ਕੀਤਾ ਉਹਦੇ ਮਗਰ ਹਜ਼ਾਰਾਂ ਨੌਜਵਾਨ ਫਿਰ ਲੱਖਾਂ ਨੌਜਵਾਨ ਅਤੇ ਅੱਜ ਕਰੋੜਾਂ ਲੋਕ ਉਹਦੇ ਮਗਰ ਹੋ ਤੁਰੇ ਉਹਦਾ ਨਾਮ ਹੈ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਇੱਕ ਸੋਚ ਲੈ ਕੇ ਆਇਆ ਇੱਕ ਇਨਕਲਾਬ ਲੈ ਕੇ ਆਇਆ ਇੱਕ ਪਰਿਵਰਤਨ ਲੈ ਕੇ ਆਇਆ ਇੱਕ ਚੇਂਜ ਲੈ ਕੇ ਆਇਆ ਔਰ ਲੋਕਾਂ ਨੇ ਕਰੋੜਾਂ ਲੋਕਾਂ ਨੇ ਸਲਿਊਟ ਕੀਤਾ ਅਰਵਿੰਦ ਕੇਜਰੀਵਾਲ ਨੂੰ ਔਰ ਉਹਨੂੰ ਇਹ ਵਿਸ਼ਵਾਸ ਦਵਾਇਆ ਕਿ ਅਰਵਿੰਦ ਕੇਜਰੀਵਾਲ ਸਾਰਾ ਹਿੰਦੁਸਤਾਨ ਤੇਰੇ ਨਾਲ ਔਰ ਉਹਦੀ ਜੇਤੂ ਮੁਹਿੰਮ ਸ਼ੁਰੂ ਹੋਈ ਹਿੰਦੁਸਤਾਨ ਦੇ ਦਿਲ ਦਿੱਲੀ ਤੋਂ ਦੋ ਵਾਰ ਉਸ ਬੰਦੇ ਨੇ ਹਕੂਮਤਾਂ ਨਾਲ ਟੱਕਰ ਲੈ ਕੇ ਦੋ ਵਾਰ ਸਰਕਾਰ ਬਣਾਈ ਪਹਿਲੀ ਵਾਰ ਉਹਨੂੰ ਚੈਲੇਂਜ ਮਿਲਿਆ ਕਿ ਜੇ ਤੂੰ ਬਾਹਰ ਬੈਠਾ ਖੱਪ ਪਾ ਰਿਹਾ ਬਾਹਰ ਬੈਠਾ ਰੌਲਾ ਪਾਉਣਾ ਬੜਾ ਸੌਖਾ ਹੈ ਕਿ ਪੋਲੀਟੀਸ਼ੀਅਨ ਐਸਾ ਕਰਤੇ ਹੈ ਸਰਕਾਰੇ ਐਸਾ ਕਿਉਂ ਨਹੀਂ ਕਰਤੀ ਅਗਰ ਤੁਮੇ ਦਮਖਮ ਹੈ ਤਾਂ ਰਾਜਨੀਤੀ ਮੈਂ ਆ ਕੇ ਦਿਖਾਓ ਜੀਤ ਕੇ ਦਿਖਾਓ ਸਰਕਾਰ ਬਣਾ ਕੇ ਦਿਖਾਓ ਫਿਰ ਪਤਾ ਚਲੇਗਾ ਤਾਂ ਸ਼ਰੀਫ ਬੰਦੇ ਨੇ ਹੱਥ ਜੋੜ ਦੀਏ ਬੋਲੇ ਠੀਕ ਹੈ ਸਰ ਅਗਰ ਇਸ ਚੈਲੇਂਜ ਕੋ ਐਕਸੈਪਟ ਕਰਕੇ ਮੇਰਾ ਹਿੰਦੁਸਤਾਨ ਬਚਤਾ ਹੈ ਮੇਰੇ ਲੋਕ ਬਚਤੇ ਹੈ ਤਾਂ ਇਹ ਚੈਲੇਂਜ ਮਨਜ਼ੂਰ ਹੈ ਮਾਤਰ ਇੱਕ ਡੇਢ ਸਾਲ ਮੈਂ ਇਤਨਾ ਉਸਨੇ ਆਪਣੇ ਸਾਥ ਲੋਕੋ ਕਾ ਪਿਆਰ ਮੁਹੱਬਤ ਖਲੂਸ ਇਕੱਠਾ ਕਰ ਲਿਆ ਕਿ ਕਾਂਗਰਸ ਕੀ ਨਾ ਦਿੱਲੀ ਮੈਂ ਸਰਕਾਰ ਬਣਾ ਦੀ ਲੇਕਿਨ ਪਾਰਟੀ ਨਹੀਂ ਥੀ ਲੋਕੋ ਕਾ ਵਿਸ਼ਵਾਸ ਬਨਤੇ ਬਨਤੇ ਹੀ ਬਨਤਾ ਤੋ ਸਿਰਫ 27 ਸੀਟੇ ਆਈ ਕਾਂਗਰਸ ਕੇ ਸਹਿਯੋਗ ਸੇ ਸਰਕਾਰ ਬਣਾਨੀ ਪੜੀ ਆਤੇ ਨੇ ਜਬ ਆਤੇ ਹੀ ਉਹਨੇ ਜਬ ਕੁਛ ਭ੍ਰਿਸ਼ਟ ਘਰਾਨੋ ਪੇ ਕੁਛ ਪੂੰਜੀਪਤੀਓ ਪੇ ਕੇਸ ਦਰਜ ਕਰਨੇ ਸ਼ੁਰੂ ਕਰ ਦੀਏ ਪਰਚੇ ਦਰਜ ਕਰਵਾਏ ਔਰ ਇੱਕ ਮੁੱਖ ਮੰਤਰੀ ਹੋਤੇ ਹੋਏ ਗਰੀਬੋ ਕੇ ਹੱਕ ਮੈਂ ਫਿਰ ਸੜਕ ਪੇ ਆ ਕੇ ਬੈਠ ਗਿਆ ਕਿ ਹਮ ਤੋ ਜੀ ਧਰਨਾ ਲਗਾਏਂਗੇ ਅਗਰ
सेंट्रल गवर्नमेंट ये सही नहीं करती, तो सब बौखला गए, ये कैसा मुख्यमंत्री है जो कॉन्वॉय के साथ चलने की बजाय सड़कों पे आके बैठ जाता है। तो उसको डिफेम करने के लिए सरकार को इस हालत में लाके खड़ा कर दिया गया कि सरकार को तोड़ना पड़े। उनको लगा कि ये बंदा रिजाइन तो देगा नहीं, मुख्यमंत्री पद छोड़ना बहुत मुश्किल होता है, तो उन्होंने ये हालात पैदा करते कि बंदा आप ही दौड़ जाए ते जां फिर ये साडी गल मान ले। पर उन्हें उदों भी एको चीज़ एक्सैप्ट की दोवां दे विचों कि जे ये गल है तुहाडी ईन मन के तुहाडे अधीन रह के मैनूं मुख्यमंत्री बनन का कोई शौक नहीं, अपना रिजाइन दे दिता और दावा किया कि दोबारा आवांगा, फिर आवांगा और पूर्ण बहुमत दे नाल आवांगा। फिर बहुत पोलीटिकल पार्टियां खुश हुई हैं, बंदे दी ठीक ला दी है, दिल्ली वाले विश्वास उठ गया, कोई इन बार मूंह नहीं लाया कि तेनू असी मैंडेट दे अगे लिया तो तू अज साढ़े नाल धोखा करके चला गया रिजाइन दे के, भगौड़ा कहता, एब्सकॉन्डिंग कहता, भज गया जी ये बंदा धोखा कर गया दिल्ली वाले नाल। उन्हें मेहनत जारी रखी, दोबारा इलैक्शन होए, दोबारा इलैक्शन लड़िया, 27 सीटां दे नाल आउण वाला साडा वो योधा 67 सीटां 70 दे विचों सिर्फ 3 सीटां हिस्से आईयां सी बीजेपी दे, और कांग्रेस तां स्वाद वेखण नूं तरस गई कि एक भी सीट का स्वाद की हुंदा। वो बंदे ने अज तहिया किया कि हिंदुस्तान दे विच एक चेंज लियाउणी है, और उन्हें फोकस किया कि सब तो पहला किहड़ी कौम है, किहड़े लोग ने जिहड़े मेरे नाल चल सकते ने। उन्हूं पता सी कि कोई भी जदों वड्डी मुहिम हिंदुस्तान दे विच जेतू मुहिम शुरू हुंदी है, कोई इनकलाब आउंदा है तां पंजाब तो शुरू हुंदा है। पंजाब दे विच अपना यूनिट कायम किया, यूनिट नूं स्ट्रक्चर का रूप दिता, स्ट्रक्चर नूं अज एक बहुत वड्डा एक ऐसा थां मिल गया कि अज लोग कह रहे ने 17 दे विचों 100 वध सीटां दे नाल 2017 दे विच आम आदमी पार्टी सरकार आएगी। मैं उस अपने दोस्त अपने उस मित्र उस नौजवान साथी नूं ज्वाइन किया कि जे तुसीं साडे देश लई तुसीं साडे सूबे लई इन्ना सोचदे हो ते गुरप्रीत घुग्गी दा समर्थन अरविंद केजरीवाल दे नाल। मैं एक वॉलंटियर तौर पर ज्वाइन किया, 6-7 महीने मेहनत की पार्टी वास्ते, और कई तरह की मेहनत होंगी, एक मेहनत होंगी है जी रोज़ अखबारों रहने वाली, एक होंगी है अंदरों अंदरी काम करने वाली, संगठन लिए काम करने वाली। मैं जो काम किए जो मैं पार्टी नूं अपना बेस्ट दे सकिया, अज मेरी पार्टी ने और अरविंद केजरीवाल साहब ने यह डिसीजन लिया कि साढ़े को अज खाली सी कन्वीनर का पद, तो उन्होंने मैनू हुक्म लाया कि मैं जिम्मेवारी सांभा। सो दोस्तों तुम बधाइया मैंने बहुत दिती हैं, पर मैं हाथ जोड़ के बेनती कराँगा कि मैं बधाइया ना दो, मैनू मेरा समर्थन करो, मैनू हौसला दो, मेरे साथी बनो, मैनू शुभकामनावान दो, और मेरे लिए दुआवा करो कि आप जिस मिशन के लिए आए हैं और जिस मिशन के लिए जिम्मेवारी मैं इस पार्टी ने दिती है मैं उन्होंने सिरे ले जा सकता, और जे 100 सीटा आप सोचते सी तो अज मैं 100 तो वध सीटा पंजाब खुशहाली के राह ले जाने लिए आम आदमी पार्टी की होली पाँ समर्थन की लड़ है। निके निके वाद विवाद इन्हों के पिछे कदे नहीं जाना, मैं तुहाडा अज जे कन्वीनर की तौर पर सेवा कर रहा हमेशा तुहाडे लिए अवेलेबल हाँ। किसी के मन च कोई कदे कोई उच्ची नीवी गल आउंदी है, किसी नूं कोई रोसा जागदा है, किसी नूं कोई डिससैटिस्फैक्शन है, मैनूं किसी भी तरीके संपर्क करो, मेल ते या टैलीफोन ते या साडे पार्टी ऑफिस फोन करके। पर वॉलंटियर्स नूं मेरी बेनती है दोस्तों, मेरे साथीओ, नौजवानों, बजुर्गो, भैनों, माताओ, असी सारे एक जज्बा लैके पंजाब लई आए हैं, कोई साडे चों सत्ता दा लालची नहीं सी। तुसीं बड़ी मेहनत कीती है पर तुहाडे दिमाग च अज फीड कीता जा रहा है, या तुहाडे च बंदे प्लांट कीते गए सी कि या कई का माइंड सैट इदा का किया गया सी कि टिकटां वास्ते आप दावेदार एक एक सीट के उत्ते 8-8, 10-10, 15-15, 30-30 खड़े कर दईए ता कि इन्हां दे विच विवाद पवे। कुछ सियाने लोगों ने कई सीटों के उत्ते विवाद पैदा नहीं होन दिते, पर कई थां ते लोग उन्हां दीआं गल्लां च आ गए, या कई थावां ते लोग आए ये सोच के सी जिन्हां ने अपना करियर बनाउणा सी पॉलिटिक्स नूं, या अपने ऑलरेडी पॉलिटिकल करियर चलदे नूं ग्लोरीफाई करना सी। सो उन्हां वास्ते साडी पार्टी च कोई थां नहीं सी। मैं तुहानूं हथ जोड़दा कि पार्टी अज भी तुहाडे लई काम कर रही है, तुहाडी स्ट्रेंथ दे नाल काम कर रही है, तुहाडे तो बिना असी जीरो हाँ। पर कदे अपने मन च इह गल नहीं लैके आउणी कि मैनूं अहुदा की मिलिया, मेरे कोल पदवी की है, मैनूं तां मैं पोस्टर लाउंदा रह गया, मैं बैनर लाउंदा रह गया। असी अपने जदों बच्चा पाली दे ना कदे बच्चे दा हिसाब कापी ते नहीं लिखीदा कि मैं अपने बच्चे वास्ते उहदे नैपियां चेंज कीतियां, उहदे मैं पोतड़े लंगोट चेंज कीते, उहनूं मैं नवाया, उहनूं मैं दवाई दित्ती, उहदियां मैं उल्टियां साफ कीतियां, बच्चे नूं मैं खड़ाया, बच्चे नूं मैं मोढे ला के सवाउंदा रहा। इह सारे काम करने पैंदे ने। अज जिहड़ी साडी पंजाब दी खुशहाली है ना उह इक छोटे बच्चे वर्गी है, उहनूं वराउणा पैणा, उहनूं खड़ाउणा पैणा, उहनूं अपने सीने नाल लाउणा पैणा ते उहनूं पाल पोस के वड्डा करना पैणा ताकि सारे पंजाब दे विच फैल सके।
ਇਸ ਤਰ੍ਹਾਂ ਪੰਜਾਬ ਦੀ ਸੇਵਾ ਕਰੋ, ਇਸ ਤਰ੍ਹਾਂ ਪੰਜਾਬ ਦੇ ਨਾਲ ਜੁੜ ਕੇ ਕੰਮ ਕਰੋ, ਜਿਵੇਂ ਇੱਕ ਜਾਂ ਤਾਂ ਆਪਣੇ ਕਿਸੇ ਬੜੇ ਅਦਬਯੋਗ ਬਜ਼ੁਰਗ ਦੀ ਸੇਵਾ ਕਰੀ ਦੀ ਹੈ। ਬੱਚੇ ਦਾ ਤਾਂ ਚੱਲ ਫਿਰ ਆਪਾਂ ਨੂੰ ਪਤਾ ਹੁੰਦਾ ਕਿ ਵੱਡਾ ਹੋ ਕੇ ਸਾਡੀ ਸੇਵਾ ਕਰੇਗਾ, ਕੁਛ ਬਣੇਗਾ, ਪਰ ਸਾਡੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦਾ ਪਤਾ ਕਿ ਇਹ ਅੱਜ ਕੁਛ ਕਰਕੇ ਸਾਡੇ ਲਈ ਬਾਹਰੋਂ ਨਹੀਂ ਲਿਆ ਸਕਦੇ, ਪਰ ਸਾਡੇ ਲਈ ਅਦਬਯੋਗ ਹੁੰਦੇ ਨੇ, ਅਸੀਂ ਬਜ਼ੁਰਗਾਂ ਦੀ ਬਿਨਾਂ ਕਿਸੇ ਲਾਲਚ ਤੋਂ ਸੇਵਾ ਕਰੀ ਦੀ ਹੈ। ਇੱਕ ਆਪਣੇ ਪੰਜਾਬ ਦੀ ਧਰਤੀ ਨੂੰ ਆਪਣੀ ਮਾਂ ਸਮਝ ਕੇ, ਬਜ਼ੁਰਗ ਮਾਂ ਸਮਝ ਕੇ, ਨਿਰਛਲ ਹੋ ਕੇ ਔਰ ਤੁਸੀਂ ਨਿਰਲੇਪ ਹੋ ਕੇ ਕਿਸੇ ਵੀ ਲਾਲਚ ਤੋਂ ਇਹਦੀ ਸੇਵਾ ਕਰੋ। ਪਰਮਾਤਮਾ ਸਭ ਦੇਖਦਾ, ਸਾਰੇ ਫਲ ਇੱਥੇ ਨਹੀਂ ਲਿਖੇ, ਪਰਮਾਤਮਾ ਜ਼ਿੰਦਗੀ 'ਚ ਪਤਾ ਨਹੀਂ ਕਿਹੜੇ ਮੁਕਾਮ 'ਤੇ ਤੁਹਾਨੂੰ ਤੁਹਾਡੀ ਨੇਕੀ ਦਾ ਫਲ ਦਿੰਦਾ। ਪੰਜਾਬ ਨੂੰ ਤੁਹਾਡੀ ਲੋੜ ਹੈ, ਪੰਜਾਬੀ ਮਾਂ ਨੂੰ ਤੁਹਾਡੀ ਲੋੜ ਹੈ। MLA ਲੜ ਕੇ ਜਾਂ MLA ਜਿੱਤ ਕੇ ਜਾਂ ਹਾਰ ਕੇ ਕਦੇ ਕੋਈ ਖੁਦਾ ਨਹੀਂ ਬਣ ਸਕਦਾ। ਜਿਹੜੇ MLA ਬਣੇ ਨੇ ਜਾਂ MLA ਬਣ ਕੇ ਮੰਤਰੀ ਬਣ ਕੇ ਮੁੱਖ ਮੰਤਰੀ ਬਣ ਕੇ ਸਾਡੇ ਦੇਸ਼ ਨੂੰ ਖਾ ਰਹੇ ਨੇ, ਉਹਨਾਂ ਦੇ ਖਿਲਾਫ ਹੀ ਤਾਂ ਲੜ ਰਹੇ ਹਾਂ। ਸਾਡੇ ਅੰਦਰ ਇਹ ਲਾਲਚ ਕਿੱਦਾਂ ਆ ਸਕਦਾ ਕਿ ਅਸੀਂ ਵੀ MLA ਬਣੀਏ? ਸੋ ਦੋਸਤੋ, ਸੇਵਕ ਬਣੋ, ਸੇਵਾਦਾਰ ਬਣੋ। ਜੇ MLA ਬਣਨ ਦਾ ਕੋਈ ਇੱਦਾਂ ਦਾ ਤੁਹਾਡੇ ਅੰਦਰ ਗੁਣ ਤੱਤ ਹੈਗਾ ਤਾਂ ਤੁਹਾਨੂੰ ਕਹਿਣ ਦੀ ਸੋਚਣ ਦੀ ਵੀ ਲੋੜ ਨਹੀਂ ਹੈਗੀ, ਪਾਰਟੀ ਆਪਣੇ ਆਪ ਤੁਹਾਨੂੰ ਅੱਗੇ ਲੈ ਕੇ ਆਏਗੀ। ਔਰ ਸਾਰਾ ਕੁਛ 2017 'ਚ ਨਹੀਂ ਹੋ ਜਾਣਾ ਦੋਸਤੋ, ਇਹ ਸੋਚ ਕੇ ਰੱਖੋ ਕਿ 2017 ਦੇ ਵਿੱਚ ਅਗਰ ਆਪਾਂ ਆਉਂਦੇ ਹਾਂ, ਉਸ ਤੋਂ ਬਾਅਦ 2019 ਵੀ ਆਉਣੀ ਹੈ, ਫਿਰ 2022 'ਚ ਦੁਬਾਰਾ ਸਰਕਾਰ ਬਣਾਉਣੀ ਹੈ। ਔਰ ਪੰਜਾਬ ਨੂੰ ਚਲਾਉਣ ਵਾਸਤੇ ਬੜੇ ਅਦਾਰੇ ਨੇ, ਬਹੁਤ ਕੁਛ ਹੈ, ਹਰ ਚੰਗੇ ਵਲੰਟੀਅਰ ਨੂੰ, ਹਰ ਚੰਗੇ ਵਰਕਰ ਨੂੰ ਉਹਦਾ ਬਣਦਾ ਆਦਰ ਮਾਣ ਸਤਿਕਾਰ ਦੇਣਾ ਸਾਡੀ ਪਾਰਟੀ ਦਾ ਫਰਜ਼ ਹੈ ਔਰ ਮੇਰਾ ਤੁਹਾਡੇ ਨਾਲ ਵਾਅਦਾ। ਤੁਸੀਂ ਵੀ ਇੱਕ ਵਾਅਦਾ ਕਰੋ ਕਿ ਅਸੀਂ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਲੜੇ, ਬਿਨਾਂ ਕਿਸੇ ਦੀਆਂ ਗੱਲਾਂ 'ਚ ਆਏ, ਬਿਨਾਂ ਕਿਸੇ ਨੂੰ ਅਸੀਂ ਆਪਣਾ ਆਪ ਸੌਂਪੇ, ਬਿਨਾਂ ਕਿਸੇ ਦੇ ਹੱਥਾਂ 'ਚ ਵਿਕੇ, ਬਿਨਾਂ ਕਿਸੇ ਦੀ ਕੱਠਪੁਤਲੀ ਬਣੇ, ਪੰਜਾਬੀ ਮਾਂ ਬੋਲੀ, ਪੰਜਾਬੀ ਜ਼ਮੀਨ, ਪੰਜਾਬ ਦੇ ਲੋਕ ਔਰ ਪੰਜਾਬ ਦੀ ਜਾਗਦੀ ਜ਼ਮੀਰ ਵਾਸਤੇ ਅਸੀਂ ਸਾਰੇ ਕੰਮ ਕਰਾਂਗੇ। ਔਰ ਪੰਜਾਬੀ ਕਦੇ ਕਿਸੇ ਅੱਗੇ ਝੁਕਦੇ ਨਹੀਂ, ਪੰਜਾਬੀ ਵਿਕਦੇ ਨਹੀਂ। ਆਪਣੇ ਇਸ ਨਾਰੇ ਨੂੰ ਬੁਲੰਦ ਕਰਕੇ ਰੱਖਿਓ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ। ਆਪਾਂ ਮੜਕ ਦੇ ਨਾਲ ਤੁਰਨਾ, ਆਪਾਂ ਦੋ ਪੈਰ ਘੱਟ ਤੁਰ ਲਾਂਗੇ, ਕੋਈ ਗੱਲ ਨਹੀਂ, ਕਾਹਲੀ ਨਹੀਂ ਹੈ ਸਾਨੂੰ, ਕੋਈ ਇੱਜ਼ਤ ਦੇ ਨਾਲ, ਆਬਰੂ ਦੇ ਨਾਲ ਸਿਰ ਉੱਚਾ ਕਰਕੇ ਤੁਰਨਾ। ਇੰਨੀ ਗੱਲ ਕਹਿੰਦਾ ਹੋਇਆ ਤੁਹਾਡਾ ਪਾਰਟੀ ਆਮ ਆਦਮੀ ਪਾਰਟੀ ਦਾ ਨਵਾਂ ਮੁੱਖ ਸੇਵਾਦਾਰ ਯਾਨੀ ਕਨਵੀਨਰ ਗੁਰਪ੍ਰੀਤ ਘੁੱਗੀ, ਤੁਹਾਡੇ ਕੋਲੋਂ ਇਜਾਜ਼ਤ ਲੈਣਾ। ਜਜ਼ਬਾ ਕਾਇਮ ਰੱਖਿਓ, ਅਰਵਿੰਦ ਕੇਜਰੀਵਾਲ ਦਾ ਸਾਥ ਦਿਓ, ਅਰਵਿੰਦ ਕੇਜਰੀਵਾਲ ਦੀ ਸਟਰੈਂਥ ਬਣ ਕੇ ਨਾਲ ਰਹੋ, ਪੰਜਾਬ ਨੂੰ ਤਰੱਕੀਆਂ ਵੱਲ ਲੈ ਕੇ ਜਾਣਾ। ਸਾਡਾ ਖੁਆਬ ਨਵਾਂ ਪੰਜਾਬ, ਇਨਕਲਾਬ ਜ਼ਿੰਦਾਬਾਦ।